ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਆਪਣੀ ਦੋਸਤੋ ਵਿਜ਼ਿਟ ਹੈਗੀ ਆ ਪਿੰਡ ਸੁਰ ਸਿੰਘ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਬਾਈ ਸੰਦੀਪ ਵੀਰ ਦੇ ਕੋਲ ਭੁੱਲਰ ਡੇਅਰੀ ਫਾਰਮ 'ਤੇ। ਹਰ ਵਾਰ ਦੀ ਤਰ੍ਹਾਂ ਦੋਸਤੋ ਡੇਲੀ ਇੱਕ ਅਪਡੇਟ ਜਿਹੜੀ ਆ ਦੋਸਤੋ ਆਪਾਂ ਦਿੰਦੇ ਹਾਂ ਇਸ ਘਰੋਂ, ਤੁਹਾਨੂੰ ਪਸ਼ੂ ਦਿਖਾਈਦੇ ਆ। ਅਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਦਿਖਾ ਦਾਂਗੇ, ਮੱਝਾਂ ਝੋਟੀਆਂ ਦਿਖਾਵਾਂਗੇ, ਤਾਂ ਪੂਰੀਆਂ ਪਲੀਆਂ ਜਿਹੜੀਆਂ ਦੋਸਤੋ ਵਜਨਦਾਰ ਪੂਰੀਆਂ ਖਬਰਦਾਰ ਜਿਹੜੀਆਂ ਮੱਝਾਂ ਦਿਖਾਵਾਂਗੇ, ਠੀਕ ਹੈ ਜੀ। ਦੋ ਪੀਸ ਨੇ, ਦੋਵੇਂ ਪੀਸ ਤੁਸੀਂ ਵੇਖਦੇ ਹਾਂ ਸਿਆਰ ਜਿਹੜਾ ਸੌਦਾ ਕਰ ਸਕਦੇ ਹੋ। ਰੇਟ ਭਾਪੜ ਤਾਂ ਬਿਲਕੁਲ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਕੀ ਚਵਾਉਣਗੀਆਂ, ਕਿੰਨਾ ਦੁੱਧ ਰਹੇਗਾ ਥੱਲੇ, ਕਿੰਨਾ ਸਮਾਂ ਬਾਕੀ ਹੈ ਜੇ ਸੂਣ ਦੇ, ਉਹ ਪੂਰੀ ਗੱਲਬਾਤ ਆਪਾਂ ਬਾਈ ਸੰਦੀਪ ਦੇ ਨਾਲ ਕਰਾਂਗੇ। ਅਤੇ ਖਾਸ ਵਿਜ਼ਿਟ ਤੁਸੀਂ ਪਿੰਡ ਸੁਰ ਸਿੰਘ ਕਰਨੀ ਆ, ਭਿੱਖੀ ਪਿੰਡ ਤੋਂ ਕੋਈ 7-8 ਕਿਲੋਮੀਟਰ ਦੀ ਦੂਰੀ ਆ। ਬਾਕੀ ਜਿਹੜੀ ਆ ਦੋਸਤੋ ਇੱਕ ਰਿਕੁਐਸਟ ਆ, ਜਿਹੜੇ ਵੀਰ ਆਪਣੇ ਚੈਨਲ 'ਤੇ ਪਹਿਲੀ ਵਾਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਜੋ ਕੁਝ ਨਵੇਂ ਫਾਰਮਰ ਆ ਜਿਨ੍ਹਾਂ ਤੱਕ ਆਪਣੀ ਵੀਡੀਓ ਨਹੀਂ ਪਹੁੰਚਦੀ ਉਹ ਵੀ ਪਹੁੰਚ ਸਕੇ। ਅਤੇ ਹੋ ਸਕਦਾ ਕਿਸੇ ਵੀਰ ਨੂੰ ਨੀਡ ਹੋਵੇ, ਜ਼ਰੂਰਤ ਹੋਵੇ ਪਸ਼ੂ ਖਰੀਦਣ ਦੀ, ਅਤੇ ਆਪਣਾ ਜਿਹੜਾ ਸੌਦਾ ਆ ਉਹ ਕਰ ਸਕਦਾ ਬਾਈ ਸੰਦੀਪ ਦੇ ਨਾਲ। ਆਓ ਕਰਦੇ ਹਾਂ ਗੱਲਬਾਤ ਸਾਂਝੀ, ਪੁੱਛਦੇ ਹਾਂ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਆ, ਦੋ ਮੱਝਾਂ ਝੋਟੀਆਂ ਦੀ ਆ। ਭਰਾ ਸਭ ਤੋਂ ਪਹਿਲਾਂ ਸੰਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਠੀਕ ਠਾਕ ਜੋ? ਬਹੁਤ ਵਧੀਆ ਭਰਾ, ਹੋਰ ਸੁਣਾ। ਬੜੀ ਕਿਰਪਾ ਮਾਲਕ ਦੀ ਸੰਧੂ ਸਾਹਿਬ, ਠੀਕ ਠਾਕ, ਸ਼ੁਕਰ ਚਾਹੀਦਾ ਮਾਲਕ ਦਾ। ਹਾਂਜੀ ਹਾਂਜੀ। ਤਾਂ ਸੰਦੀਪ ਵੀਰੇ, ਪਸ਼ੂ ਅੱਜ ਦੋ ਮੱਝਾਂ ਲਿਆਤੀਆਂ? ਦੋ, ਹਾਂਜੀ, ਝੋਟੀਆਂ ਆਪਣੇ ਕੋਲ ਦੋਵੇਂ ਜਿਹੜੀਆਂ, ਆਪਾਂ ਪਰਸੋਂ ਵੀਡੀਓ ਪਾਈ ਸੰਧੂ ਸਾਹਿਬ ਉਹ ਤਾਂ ਵੇਖੀਆਂ, ਕੱਲ੍ਹ ਸੇਲ ਹੋ ਗਈਆਂ ਦੋਵੇਂ ਮਈਆਂ, ਠੀਕ ਹੈ ਜੀ। ਅਤੇ ਇਹ ਕੱਲ੍ਹ ਰਾਤੀ ਆਪਣੇ ਕੋਲ ਆਈਆਂ ਦੋਵੇਂ ਝੋਟੀਆਂ, ਦੂਜੇ ਸੁਬਹੇ ਆ। ਇਹ ਝੋਟੀ ਨੇ ਪਹਿਲੇ ਸੁਬਹੇ ਦੁੱਧ 14-15 ਕਿਲੋ ਪਾਇਆ ਜੀ। ਅੱਛਾ ਜੀ। ਐਰ ਕੇ ਦੂਜੇ ਸੁਬਹੇ ਦਿਨ 15 ਲੈਂਦੀ ਹੈ ਝੋਟੀ, ਅਜੇ ਬਹੁਤ ਹੀ ਜ਼ਿਆਦਾ ਚੰਗੀ ਆ। ਲਓ ਜੀ, ਐਰ ਕੇ ਦੁੱਧ 16-17 ਕਿਲੋ ਪਾਊਗੀ, ਚਲੋ ਜਿਹੜਾ ਕੋਈ ਚੰਗਾ ਫਾਰਮ ਵਾਲਾ ਲੈ ਜੂਗਾ ਜੀ। ਠੀਕ ਆ, ਹਾਂਜੀ, ਅਜੇ 10-15 ਦਿਨ ਰਹਿੰਦੇ ਸੰਧੂ ਸਾਹਿਬ। ਸੁਬਹਾ ਦੂਜਾ? ਦੂਜਾ ਸੁਬਹਾ ਜੀ। ਪੂਰੀ ਹੈਵੀ ਬੌਡੀ ਵੇਟ ਆ ਦੋਸਤੋ, ਭਾਰੀ ਆ, ਟੈਂਕ ਵਰਗੀ ਜਿਹੜੀ ਮੱਝ ਤੁਹਾਨੂੰ ਝੋਟੀ ਦਿਖਾ ਰਿਹਾ ਮੈਂ। ਅਤੇ ਆਹ ਵੇਖੋ ਫੇਸ ਕੁਆਲਿਟੀ ਕਾਫੀ ਖੂਬਸੂਰਤ ਆ, ਅਤੇ ਤੋਰਾ ਮੱਝ ਦਾ ਤੁਸੀਂ ਝੋਟੀ ਦਾ ਤੋਰਾ ਵੇਖ ਲਿਓ, ਬੌਡੀ ਬਣਤਰ ਵੇਖ ਲਿਓ, ਪਿੱਠ ਪੁੱਠਾ ਜਿਹੜਾ ਦੋਸਤੋ ਪੂਰੀ ਰਾਜੀ ਆ, ਠੀਕ ਆ। ਦੋ ਮੱਝਾਂ ਜਿਹੜੀਆਂ ਨੋਰਮਲ ਆ ਦੋਸਤੋ ਉਹਨਾਂ ਨੂੰ ਵਿੱਚ ਪਾਉਂਦੀ ਆ, ਠੀਕ ਆ। ਅਤੇ ਆਰਡਰ ਕੁਆਲਿਟੀ ਕਾਫੀ ਚੰਗੀ ਆ। ਅਤੇ ਸੰਦੀਪ ਬਾਈ, ਦਿਨ ਹਜੇ ਘੱਟੋ ਘੱਟ 10-15 ਦਿਨ ਹਜੇ ਦੋਸਤੋ ਖਿੱਚ ਕੇ ਸਮਾਂ ਲੈ ਜਾਊਗਾ। ਵੀਰ ਸੰਭੂਗਾ ਤਾਂ ਦੁੱਧ 15-16 ਦਾ ਟੱਪੂਗੀ, 17 ਕਿਲੋ 18 ਵੀ ਕਰ ਸਕਦੀ ਹੈ ਕੋਈ ਚੰਗੀ ਸੰਭੂ ਕਰ। 15-16 ਕਿਲੋ ਆਰਾਮ ਨਾਲ ਝੋਟੀ ਕੱਢੂਗੀ। ਬਾਕੀ ਦੋਸਤੋ ਹਾਈਟ ਬੇਲ ਚੰਗੀ ਆ, ਹਾਈਟ ਤੁਸੀਂ ਫੁੱਲ ਵੱਡੀ ਹਾਈਟ ਮੰਨ ਕੇ ਜਿਹੜੀ ਇਹ ਖਰੀਦ ਕਰ ਸਕਦੇ ਹੋ। ਬੇਚਿੰਤ ਹੋ ਕੇ ਤੁਸੀਂ ਕਾਲ ਕਰ ਲਿਓ, ਪੂਰੀ ਵੱਡੀ ਹਾਈਟ ਦੇ ਵਿੱਚ ਆ, ਠੀਕ ਆ ਜੀ। ਬਹੁਤ ਤਿੱਪਣ ਦੱਪਣ ਸੰਧੂ ਸਾਹਿਬ, ਪੋਲੀ ਬਿਲਕੁਲ ਬਹੁਤ ਜ਼ਿਆਦਾ ਪੋਲੀ ਆ, ਤਿੱਪਣ ਦੱਪਣ। ਲਓ ਜੀ, ਤਿੱਪ ਕੇ ਪੂਰੀ ਤਸੱਲੀ ਕਰਕੇ ਆਪਾਂ ਲਿਆਂਦੀ ਆ, ਬਹੁਤ ਹੀ ਜ਼ਿਆਦਾ ਖਰੀ ਝੋਟੀ ਚੰਗੀ ਆ। ਬਾਕੀ ਬਣਦੀ ਬੁਣਦੀ ਪੂਰਾ ਨੇੜੇ ਆ ਸੰਧੂ ਸਾਹਿਬ, ਇੱਥੇ ਪਛਾਣ ਨਿਕਲਣਾ ਸਾਰੀ ਝੋਟੀ ਨੇ, ਅਜੇ ਤਾਂ ਦਿਨ 15 ਲੈ ਜਾਂਦੀ ਝੋਟੀ। ਲਓ ਜੀ, ਬਣਦੀ ਬਹੁਤ ਜ਼ਿਆਦਾ। ਪਹਿਲੇ ਸੁਬਹੇ ਕਿੰਨਾ ਕਿਲੋ ਤਾਂ ਦੱਸਿਆ ਜੀ? 14-15 ਕਿਲੋ ਦੁੱਧ ਨਾਲ 15 ਕਿਲੋ ਸੋਇਆ ਸੰਧੂ ਸਾਹਿਬ ਪਹਿਲੇ ਸੁਬਹੇ, ਠੀਕ ਹੈ। 17-18 ਕਿਲੋ ਦੀ ਮੇਰੀ ਤਾਂ, ਚਲੋ ਗਰਮੀ ਕਰਕੇ 16-17 ਕਿਲੋ ਤਾਂ ਵੀ ਦਊਂਗੀ ਨਾ ਝੋਟੀ ਕੱਢੂ, ਜੇ ਕੋਈ ਚੰਗਾ ਫਾਰਮ ਵਾਲਾ ਲੈ ਜੀ। ਬਾਕੀ ਦੁੱਧ ਸੰਧੂ ਸਾਹਿਬ ਅਗਲੇ ਦੇ ਪਾਏ ਦਾ, ਜੇ ਅਗਲਾ ਕੋਈ ਪਾਊਗਾ ਤਾਂ ਚਾਹੂਗਾ, ਇਹ ਮੁੜ ਕੇ ਕਈ ਵੀਰ ਲਾਂਭਾ ਦਿੰਦੇ ਆ, ਮੰਨ ਲਓ ਏਡੀ ਮਿਹਨਤ ਹੋਵੇ, 7-8 ਕਿਲੋ ਵੰਡ ਵੀ ਦਾਣਾ ਵੀ ਪਾਊਗਾ ਤਾਂ ਫੇਰ ਹੀ ਦੁੱਧ ਕੱਢੂਗੀ ਜੀ। ਵੇਖੋ ਜੀ ਹੈ ਵੀ ਕਿੱਡੀ ਆ। ਹਾਂਜੀ ਹਾਂਜੀ, ਠੀਕ ਆ। ਸੋ ਬਾਕੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ, ਫੇਸ ਕੁਆਲਿਟੀ ਵੇਖ ਲਓ, ਪਿੱਠ ਪੁੱਠਾ ਵੇਖ ਲਓ, ਤੇ ਬੈਕ ਸਾਈਡ ਤੋਂ ਤੁਹਾਨੂੰ ਜਿਹੜਾ ਥਣ ਜਿਹੜਾ ਸਾਫ ਹੈ, ਬਹੁਤ ਜਿਆਦਾ ਸਾਫ ਹੈ, ਜਿੰਨੀ ਹੈਗੀ ਥਣ ਜਿਹੜਾ ਦਿਖਾਉਣੇ ਆ ਵੀ ਚੌਰਸ ਲੇਵਾ ਦੋਸਤੋ, ਹਜੇ ਕਮਾਨਾ ਕਰਨੀ ਹੈ। ਹਾਂ ਵੇਖੋ ਕਿੱਥੇ ਖੜਾ ਜਿਹੜਾ, ਬਹੁਤ ਜਿਆਦਾ ਬਾਨੀ ਹੈ ਜੀ, ਦਿਨ ਬਾਕੀ ਹੈ ਜੀ ਨਿਕਲਣੇ ਦੀ ਪੂਰੀ। ਬਾਕੀ ਚੰਗੀ ਸਪੇਸ ਵੀ ਚੰਗੀ ਆ, ਥਣ ਵੀ ਪੂਰਾ ਵੇਖੋਗੇ ਤੁਸੀਂ ਮੁੱਠੀ ਵਾਲਾ, ਤਾਂ ਬਿਲਕੁਲ ਜਿਹੜਾ ਦੋਸਤੋ ਨੋਕ ਵਾਲਾ ਥਣ ਆ, ਠੀਕ ਆ। ਤੇ ਫੁੱਲ ਹੀ ਵਜਨ ਵੱਡਾ ਸੰਧੂ ਸਾਹਿਬ, ਬਹੁਤ ਵੱਡੀ ਝੋਟੀ ਹੈ ਵੀ, ਫੁੱਲ ਸਾਇਜ਼ ਆ ਜਿੱਡਾ ਵੀ ਆਪਾਂ ਕਹਿ ਲਈਏ ਵੀ ਫੁੱਲ ਸਾਇਜ਼ ਜਿਹੜਾ ਦੋਸਤੋ, ਜਿਹਦੇ ਵਿੱਚ ਕੱਦ ਬੇਲ ਪੂਰਾ ਬੌਡੀ ਸਟਰਕਚਰ ਜਿਹੜਾ ਓਵਰਆਲ ਜਿੰਨਾ ਵੀ ਹੈਗਾ ਉਹ ਸਾਰਾ ਆ ਜਾਂਦਾ, ਠੀਕ ਆ।
ਤੇ ਚੰਗੀ ਝੋਟੀ ਚੰਗੀ ਖਾਸੀ ਆ। ਤੇ ਸੰਦੀਪ ਵੀਰ ਲੈਣ ਦੇਣ ਕੀ ਹੋਊਗਾ ਇਹਦਾ? ਸੰਦੂ ਸਾਹਿਬ ਜੀ ਤਾਂ ਕੋਈ ਮੰਡੀਆਂ ਦਾ ਹਿਸਾਬ ਲਾਈ ਯਾਰ, ਫਿਰ ਤੇ ਉਹਦੇ ਸਾਹਮਣੇ 2.5-3 ਲੱਖ ਦੀ ਮੈਂ ਆ ਆਪਾਂ 1.5 ਲੱਖ ਮੁੱਲ ਕਰਦੇ ਹਾਂ ਨਾ ਹੀ 1,35,000 ਦੀ ਮੈਂ ਦੇ ਦਾਂਗੇ, 1,35,000 ਦੀ ਮੈਂ ਦੇ ਦਾਂਗੇ, ਭਾਵੇਂ ਕੋਈ 16-17 ਕਿਲੋ ਆਪਣੇ ਕੋਲ ਦੁੱਧ ਮਿਣ ਕੇ ਲੈ ਜਾਈ ਜਦੋਂ ਸੂਫੇ ਝੋਟੀ। ਅਜੇ 15 ਦਿਨ ਝੋਟੀ ਲੈਂਦੀ ਆ, 15 ਦਿਨ ਉਹਨਾਂ ਨੇ ਪੂਰੇ ਪਟਾਕੇ ਪਾਉਣੇ ਆ ਜੀ। ਬਿਲਕੁਲ ਜੀ ਬਿਲਕੁਲ ਬਾਈ ਸੰਦੀਪ ਕਹਿੰਦਾ 8-10 ਦਿਨ ਹੋ ਗਏ ਵੇਖੀ ਨੂੰ, ਉਧਰ ਮੈਂ ਵੇਖੀ ਉਧਰ ਝੋਟੀ ਕੱਚੀ, ਰਾਤੀ ਫਿਰ ਮੈਂ ਗਿਆ ਤੇ ਮੈਨੂੰ ਬੰਦੇ ਨੇ ਸੱਦਿਆ, ਜਾ ਕੇ ਵੇਖੀ ਝੋਟੀ ਤਿਆਰ, ਮੈਨੂੰ ਲੱਗੀ ਚੰਗੀ ਤੇ ਮੈਂ ਰਾਤੀ ਖਰੀਦ ਲਈ। ਨਹੀਂ ਕੋਈ ਸ਼ੱਕ ਹੀ ਨਹੀਂ ਜੀ, ਨਹੀਂ ਬਹੁਤ ਜ਼ਿਆਦਾ ਖਰੀ ਝੋਟੀ ਹੈ ਜੀ, ਕਿਸੇ ਪਾਸੇ ਖੁੰਝੀ ਨਹੀਂ ਦੋਸਤੋ। ਬਾਕੀ ਜਿਹੜੀ ਆ ਵੇਖੋ ਤੁਸੀਂ ਨਾੜਾ ਪਲੀ ਜੁੜੀ ਵੇਖੋ ਕਿੱਡੀ ਨਾੜਾ ਨੂੜਾ ਵੇਖੋ ਸਰੀਰ ਤੇ, ਵੀ ਜਿਵੇਂ ਕਈ ਤਰ੍ਹਾਂ ਵੀ ਉਹ ਫੁਲਕਾਰੀ ਤੇ ਕਢਾਈ ਕੀਤੀ ਵੀ ਉਹ ਚੱਕਰ ਬਣਿਆ ਪਿਆ ਜੀ। ਠੀਕ ਆ, ਤੇ ਬਿਲਕੁਲ ਰਾਜੀ ਆ, ਫੁੱਲ ਵਜਨਦਾਰ ਤੇ ਚੰਗਾ ਸੋਹਣਾ ਥਾਨ ਥੱਲਾ ਬੜਾ ਵਧੀਆ ਵੇਖੋ ਜੀ। ਠੀਕ ਆ, ਬਾਕੀ ਤਾਰੀਫ ਪਸ਼ੂ ਦੀ ਕੀਤੀ ਜਾਂਦੀ ਆ ਦੋਸਤੋ, ਜਿਹਦੇ 'ਚ ਕੁਛ ਖਾਸੀਅਤ ਹੁੰਦੀ ਆ ਵੀ ਇਸ ਝੋਟੀ ਦੇ ਵਿੱਚ ਤੁਸੀਂ ਖਾਸੀਅਤ ਮੰਨ ਕੇ ਲੈ ਕੇ ਜਾ ਸਕਦੇ ਹੋ ਵੀ ਚੰਗੇ ਮਿਲਕ ਵਾਲੀ ਆ। ਬਾਕੀ ਸੇਵਾ ਜਿਹੜੀ ਆ ਉਹ ਕਰਨੀ ਪਊਗੀ ਵੀਰ ਦੀ, ਗੱਲ ਸੁਣੋ ਵੀ ਘੱਟੋ ਘੱਟ ਵੀ 8-7 ਕਿਲੋ ਵੰਡ ਡੇਲੀ ਦੇਣੇ, ਚੱਕਣਾ ਚੱਕਣਾ। ਸੰਧੂ ਸਾਹਿਬ ਬੜੀ ਜਾਣੀ ਕਿ ਬੰਦੇ ਚੰਗੇ ਕਿਸੇ ਤੋਂ ਲਈ ਆ, ਉਹਨਾਂ ਨੌਕਰੀ ਦਾ ਕੰਮ ਬਣ ਗਿਆ ਤੇ ਉੱਥੇ ਚੱਲ ਗਏ ਕਰਕੇ, ਬੜੀ ਜ਼ਿਆਦਾ ਝੋਟੀ ਖਰੀ ਆ, ਦੁੱਧਾਂ ਬਹੁਤ ਜ਼ਿਆਦਾ ਖਰੀ ਆ ਜੀ। ਹਾਂਜੀ, ਅਜੇ 10-15 ਦਿਨ ਝੋਟੀ ਨੇ ਲੈ ਜਾਣੇ ਆ। ਬਾਕੀ ਸੰਦੀਪ ਭਾਈ ਤਿੱਪਣ ਜਿਹੜੀ ਮੇਨ ਗੱਲ, ਬਹੁਤ ਜ਼ਿਆਦਾ ਤਿੱਪਣਿਆ ਸੰਧੂ ਸਾਹਿਬ, ਉਹਨਾਂ ਇੱਕੋ ਝੋਟੀ ਉਹਨਾਂ ਕੋਲ, ਉਹਨਾਂ ਪੁੱਤਾਂ ਨੂੰ ਸਾਂਭੀ ਹੈ ਝੋਟੀ ਬਹੁਤ ਜ਼ਿਆਦਾ। ਹਾਂਜੀ, ਬਾਕੀ ਤਿੱਪਣ ਤਾਂ ਆਪਣੋ ਕਹਿੰਦਾ ਥਣਾਂ ਦੀ ਥਾਣ ਭਾਂਡੇ ਦੀ ਫੁੱਲ ਆਪਣੀ ਗਰੰਟੀ, ਕੋਈ ਭਾਰ ਪਵੇ ਕੋਸ਼ਿਸ਼ ਕਰੇ ਆਪਣੀ ਗਰੰਟੀ ਹੈ ਜੀ। ਠੀਕ ਹੈ ਭਰਾ ਜੀ। ਹਾਂਜੀ ਠੀਕ ਆ, ਬਾਕੀ ਥਾਣਾਂ ਦੇ ਭਾਂਡੇ ਦੀ ਵੀ ਦੋਸਤੋ ਪੂਰੀ ਗਰੰਟੀ ਆ। ਠੀਕ ਆ, ਆਪਦੀ ਤਿੱਪ ਕੇ ਲੈ ਕੇ ਜਾਇਓ, ਜਿਹਨੇ ਵੀ ਖਰੀਦਣੀ ਆ ਤਸੱਲੀ ਕਰਕੇ, ਰਕਮ ਜਿਹੜੀ ਆ ਦੋਸਤੋ ਚੰਗੇ ਪਸ਼ੂ ਤੇ ਚੰਗੀ ਵੱਡੀ ਰਕਮ ਲੱਗਦੀ ਆ ਤੇ ਚੰਗੇ ਖਾਸੇ ਪੈਸੇ ਵੀ ਲਾਉਣੇ ਪੈਣੇ ਆ, ਪਰ ਆਪਦੀ ਤਸੱਲੀ ਵੀ ਬਖੂਬੀ ਢੰਗ ਨਾਲ ਜਿਹੜੀ ਕਰਕੇ ਲੈ ਕੇ ਜਾਇਓ। ਠੀਕ ਆ, ਤੇ ਚੰਗੀ ਝੋਟੀ ਆ, ਬਹੁਤ ਵੱਡੀ ਝੋਟੀ ਆ ਸੰਧੂ ਸਾਹਿਬ। ਠੀਕ ਆ, ਇਸ ਤੋਂ ਬਾਅਦ ਇੱਕ ਤੁਹਾਨੂੰ ਨੈਕਸਟ ਜਿਹੜੀ ਅਗਲੀ ਮੱਝ ਦਿਖਾਉਣੀ ਆ ਦੋਸਤੋ, ਇਹ ਵੀ ਸੰਧੂ ਸਾਹਿਬ ਦੂਜੇ ਸੂਬੇ ਝੋਟੀ ਆ। ਅੱਛਾ, ਆਪਾਂ ਹੀ ਵੇਚੀ ਸੀ ਪਹਿਲੇ ਸੂਬੇ ਸੰਧੂ ਸਾਹਿਬ। ਅੱਛਾ, ਪਹਿਲੇ ਸੂਬੇ ਦੁੱਧ ਇਹਨੇ 12-13 ਕਿਲੋ ਕੱਢਿਆ ਜੀ, ਐਰਕੀ ਦੂਜੇ ਸੂਬੇ ਝੋਟੀ ਆ, ਐਰਕੀ ਦੁੱਧ 15-16 ਕਿਲੋ ਪਾਊਗੀ ਜੀ। ਬੜੀ ਜ਼ਿਆਦਾ ਚਵਾਈ ਚੁਈ ਹੈ ਝੋਟੀ ਦੀ, ਤਿੱਪਣ ਤਾਂ ਆਪਣਾ ਬਹੁਤ ਜ਼ਿਆਦਾ ਆ। ਠੀਕ ਆ ਜੀ। ਹਾਂਜੀ, ਦੋਸਤੋ ਮੀਡੀਅਮ ਤੁਸੀਂ ਅਕਾਊਂਟ ਕਰਕੇ ਲੈ ਜਾਓ ਤੇ, ਪਰ ਦੁੱਧ ਵਾਲਿਓ ਪਾਸਿਓ ਵੀ ਬਈ ਜਾਂਦਾ ਬਹੁਤ ਜਿਆਦੀਆਂ, ਅੱਧੀ ਵੀ ਨੀ ਬਣੀ, ਮੈਂ ਫੱਟੇ ਢੋ ਦੇਣੇ ਥੱਲੇ। ਹਾਂਜੀ ਹਾਂਜੀ, ਆ ਦੇਖੋ ਬਾਕੀ ਥਣ ਚੱਡੇ ਵਾਲੇ। ਬਾਈ ਸੰਦੀਪ ਕਹਿੰਦਾ ਵੀ ਡੱਕੇ ਲਾ ਦੂੰਗੀ। ਠੀਕ ਆ ਜੀ, ਬਹੁਤ ਜ਼ਿਆਦਾ ਪਾਣੀ ਸ਼ਾਇਦ ਆਉਂਦਾ ਸਮਝੋ ਜੀ, ਸ਼ਾਇਦ ਆਉਂਦਾ ਹਜੇ ਕੋਈ 10 ਕੁ ਦਿਨ ਦਾ ਸਮਾਂ, ਘੱਟੋ ਘੱਟ ਵੀ 10 ਕੁ ਦਿਨ ਹਜੇ ਉੱਪਰ ਲੈ ਜਾਏ ਦੋਸਤੋ, ਕੁਛ ਕਹਿ ਨਹੀਂ ਸਕਦੇ ਪਸ਼ੂ ਕੋਈ 2-4 ਬਾਕੀ ਸਿੰਗੀ ਸੁੰਗੀ ਦੇਖੋ ਕਿੱਡੀ ਲੱਗੀ, ਮੋਹਰਾਂ ਨਜ਼ਰ ਪਿਓਰ ਕਾਲੀ ਹੈ ਜੀ, ਇਹਦੇ ਮੱਥੇ 'ਤੇ ਪੁੱਲੀ ਬਣੀ ਹੈਗੀ। ਲਓ ਜੀ, ਮੱਥਾ ਮੁੱਥਾ ਬਿਲਕੁਲ ਜਿਹੜਾ ਬਲੈਕ ਬਾਈ ਕਹਿਣ ਡਿਆ ਸਾਹਮਣੇ ਤੁਹਾਡੇ, ਬਹੁਤ ਜ਼ਿਆਦਾ ਕੋਈ 4 ਇੰਚ ਜਿਹੜੀ ਵਾਈਟ ਆ ਸਾਹਿਬ, ਠੰਡੀ ਬਹੁਤ ਜ਼ਿਆਦੀ ਹੈ, ਠੰਡੀ ਸੀ ਲੇਵਾ ਸਰ, ਇੱਥੇ ਆਉਣਾ ਜੀ ਰਾਜੇ ਦੇ ਲੇਵਾ ਅੱਧਾ ਵੀ ਨਹੀਂ ਹਸਨ ਸਾਹਿਬ ਜੀ, ਇੱਥੇ ਪੂਰਾ ਚੱਡਾ ਇਹਨੇ ਮਾਰਨਾ, ਪੂਰਾ ਫਸ਼ਾਂ ਕੱਢਣਾ ਜੀ। ਹਾਂਜੀ ਠੀਕ ਹੈ, ਤੇ ਬਾਕੀ ਤਿੱਪਣੇ ਵੀ ਓਕੇ? ਬਿਲਕੁਲ ਓਕੇ ਸੰਧੂ ਸਾਹਿਬ। ਇਹਦਾ ਮੁੱਲ ਫਿਰ ਲੈਣ ਦੇ ਸੰਧੂ ਸਾਹਿਬ, ਮੁੱਲ 1,5-92,000 ਦੀ ਹਾਂ ਨਾ, ਮੈਂ ਝੋਟੀ ਦੇ ਦਾਂਗੇ ਜੀ। ਹਾਂ, ਮੁੱਲ 1,5 ਕਰਦੇ 92,000 ਦੀ ਝੋਟੀ ਦੇ ਦਾਂਗੇ, ਜਿਹੜਾ ਮਰਜ਼ੀ ਵੀਰ ਤਸੱਲੀ ਕਰਕੇ ਲੈ ਜਾਏ, ਭਾਵੇਂ ਸੂਈ ਲੈ ਜਾਏ, ਆਪਣੇ ਤਾਂ ਕੋਈ ਗੱਲ ਨਹੀਂ ਜੀ। ਠੀਕ ਹੈ, ਹਾਂਜੀ, ਲਓ ਵੀ ਦੋਸਤੋ ਚਾਹੇ ਖਰੀਦ ਲਿਓ ਬਿਲਕੁਲ ਇਸੇ ਤਰ੍ਹਾਂ ਹੀ ਗੱਭਣ। ਠੀਕ ਹੈ ਜੀ, ਚਾਹੇ ਖਰੀਦ ਲਿਓ ਬਿਲਕੁਲ ਸੂਈ ਸਵਾਈ, ਸਾਈ ਵੀ ਇਹਨਾਂ ਆਪਦਾ ਕਰ ਲਿਓ, ਤਸੱਲੀ ਕਰਨੀ ਆ ਘਰ ਪਹੁੰਚ ਕੇ ਕਰ ਲਿਓ ਬਿਲਕੁਲ। ਜਿਹੜੇ ਦੋਸਤੋ ਪਤਲੇ ਥਣ ਆ ਪੂਨੀਆਂ ਵਰਗੇ ਬਿਲਕੁਲ ਨੋਕ ਵਾਲਾ ਥਣ, ਇੱਕ ਵਾਰੀ ਤੁਹਾਨੂੰ ਜਿਹੜੇ ਥਣ ਦੀ ਆਪਾਂ ਕੰਡੀਸ਼ਨ ਵਿਖਾ ਦਿੰਦੇ ਹਾਂ, ਆਹ ਦੇਖੋ ਜੀ, ਲਓ ਜੀ
ਠੀਕ ਆ। ਅੱਜ ਦੋ ਬਿਲਕੁਲ ਝੋਟੀਆਂ ਸੀ, ਫੈਸ਼ਨ ਫੂਸ਼ਨ ਦੋ ਦਾ ਬੜਾ ਚੰਗਾ ਦੋਸਤੋ, ਅਤੇ ਪੂਰੀਆਂ ਜਿਹੜੀਆਂ ਵਜਨ ਵੱਟੇ ਵਾਲੀਆਂ ਦੋਵੇਂ, ਅਤੇ ਥਣ ਚੱਡਾ ਜਿਹੜਾ ਤੁਹਾਨੂੰ ਨੋਰਮਲੀ ਸਟਰੈਕਚਰ ਜਿਹੜਾ ਦੱਸ ਦੂਗਾ ਵੀ ਜਿਵੇਂ ਜਿਵੇਂ ਦਿਨ ਹਜੇ ਲਊਗੀ, ਖਵਾਨਾ ਪੂਰਾ ਖੁੱਲੂਗੀ। ਹਾਂ ਸਿੰਗੀ ਸੁੰਗੀ ਵੀ ਚੰਗੀ ਆ, ਤੇ 92,000 ਹਾਂ ਨਾ ਵੀਰ ਕਹਿੰਦਾ ਵੀ 92,000 ਦੀ ਦੋ ਸਾਹਿਬ ਭਾਵੇਂ ਕੋ ਚੋਗੇ ਲੈ ਜੇ, ਆਪਾਂ ਵੀਡੀਓ ਜਿਸ ਤਰ੍ਹਾਂ ਕਹਾਂਗੇ ਉਤਰੇ ਆਪਣੀ ਵੀਡੀਓ ਰਿਕਾਰਡ ਕਰ ਲੈ। ਦੁੱਧ 14-15 ਕਿਲੋ ਹੱਸ ਕੇ ਦੋ ਕਿ ਥਣ ਭਾਂਡੇ ਦੀ ਫੁੱਲ ਗਰੰਟੀ, ਥਣਾਂ ਦੀ ਝੋਟੀ ਨਾ ਗਲਤ ਨਿਕਲੂ ਕਿ ਬਾਕੀ ਦੁੱਧ ਅਗਲੇ ਦੇ ਪਾਏ ਦਾ, ਜਿੰਨਾ ਪਾਉ ਉਹਨਾਂ ਹੀ ਚੋਲੂਗਾ ਜੀ। ਉਹ ਦੁੱਧ ਤਾਂ ਵੇਖੋ ਜੀ ਸੇਵਾ ਜੀ, ਸੇਵਾ ਦਾ ਦੁੱਧ, ਦੁੱਧ ਆਪਾਂ ਕਿਸੇ ਦੇ ਘਰ ਪੱਠੇ ਪਾਉਣੇ ਸੰਤੂ ਸਾਹਿਬ ਜਾਣਾ, ਪੱਠੇ ਅਗਲੇ ਨੇ ਪਾਉਣੇ, ਸੇਵਾ ਅਗਲੇ ਨੇ ਕਰਨੀ ਆ। ਬਿਲਕੁਲ ਹਾਂਜੀ ਸਹੀ ਗੱਲ। ਹਾਂ ਬਾਈ ਸੰਦੀਪ ਕਹਿੰਦਾ ਵੀ ਆਪਾਂ ਸੇਵਾ ਕਰਨ ਜਾਣਾ, ਗੱਲ ਸੱਚੀ ਆ ਸੇਵਾ ਜਿਹੜੀ ਦੋਸਤੋ, ਜਿਹਨੇ ਰਕਮ ਏਡੀ ਚੰਗੀ ਖਾਸੀ ਲਾਈ ਨਾ ਸੰਦੀਪ ਬਾਈ, ਉਹਨੇ ਸੇਵਾ ਦੀਆਂ ਵੀ ਧੂੜਾਂ ਪੱਟ ਦੇਣੀਆਂ, ਸੇਵਾ ਦੀਆਂ ਜਿਹੜਾ ਧੂੜਾਂ ਪੁੱਟੋ ਤੇ ਦੁੱਧ ਦੀਆਂ ਝੋਟੀ ਧੂੜਾਂ ਪੁੱਟੋ ਜੀ, ਬਸ ਆਪਦੇ ਵੱਲੋਂ ਕੋਈ ਕਮੀ ਪੇਸ਼ੀ ਨਾ ਰਹਿ ਜਾਏ ਕਿਸੇ ਦੀ, ਨਾ ਕਿਸੇ ਕੋਈ ਛੱਡਦਾ ਨਹੀਂ, ਮਨ ਚ ਕੋਈ ਹੋਏ ਕੋਈ ਕਿਹਾ ਕੋਈ ਪਿੱਛਾ ਮਾਰੇ ਕੁਝ ਕਰੇ, ਆਪਣੀ ਸੰਦੂ ਸਾਹਿਬ ਫੁੱਲ ਗਰੰਟੀ ਆ, ਆਪਾਂ ਰੁਪਈਏ ਅਗਲੇ ਦੇ ਅਕਾਊਂਟ ਚ ਪਾਵਾਂਗੇ ਜੇ ਕੋਈ ਆਪਣੇ ਅਕਾਊਂਟ ਚ ਪਹਿਲਾਂ ਪਾ ਦੂਗਾ ਝੋਟੀ ਲੈ ਜੂਗਾ। ਲਓ ਭਰਾਵੋ ਇਹ ਛੋਟੀ ਗੱਲ ਆ, ਠੀਕ ਆ। ਇਹ ਦੋ ਨਾਗ ਸੀ ਅੱਜ ਬਾਈ ਸੰਦੀਪ ਦੇ, ਸਿੰਗਲ ਅੱਡੀ ਦੀ ਝੋਟੀ ਬਾਕੀ ਵੇਖੋ ਤੇ ਪਤਲਾ ਚਾਮਾ ਬਿਲਕੁਲ ਚਮੜੀ ਪਤਲਾ ਚਾਮੇ ਆ ਵੇਖੋ। ਇਹ ਦੋਸਤੋ ਮੇਰੇ ਨਾਲ ਸਨ ਵੀਰ ਸੰਦੀਪ ਭੁੱਲਰ, ਡੇਅਰੀ ਫਾਰਮ ਪਿੰਡ ਸੁਰ ਸਿੰਘ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਦੋ ਝੋਟੀਆਂ ਤੁਹਾਨੂੰ ਦਿਖਾਤੀਆਂ ਨੇ, ਇੱਕ ਤਾਂ ਪੂਰੀ ਹੈਵੀ ਬੋਡੀ ਵੇਟ ਦੀ ਉੱਚੇ ਵੱਡੇ ਕੱਦ ਕਾਠ ਦੀ ਜਿਹੜੀ ਤੁਹਾਨੂੰ ਦੋਸਤੋ ਝੋਟੀ ਦਿਖਾਤੀ ਆ। ਸੋ ਤਸੱਲੀ ਨਾਲ ਤੁਸੀਂ ਵੀ ਦੇਖ ਲਿਓ, ਨਰਕ ਪਰਖ ਕਰ ਲਿਓ, ਪਸ਼ੂ ਜਿਸ ਘਰ ਤੋਂ ਵੀ ਆਪਾਂ ਵੀਡੀਓ ਪਾਉਣੇ ਆ ਤਸੱਲੀ ਨੂੰ ਪਹਿਲ ਦੇ ਲਿਆ ਕਰੋ, ਠੀਕ ਹੈ ਜੀ। ਅਤੇ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ, ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।